ਅੱਜਕੀ ਮਨੁੱਖ ਦਾ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਸਾਡੀ ਕਵਿਤਾ ਦੇ ਸਰੋਤ ਸੁੱਕ ਗਏ ਹਨ ਕਵਿਤਾ ਨਾਲੋਂ ਸਾਡਾ ਨਾਤਾ ਟੁੱਟ ਗਿਆ ਹੈ ਜਿਸ ਕਾਰਨ ਸਾਡਾ ਅਨੁਭਵ ਵੀ ਬਾਂਜ ਤੇ ਬੰਜਰ ਹੋ ਗਿਆ ਹੈ ਲੰਮੀਆਂ ਬਹਿਸਾਂ ਰਾਈ ਅਸੀਂ ਆਪਣੀਆਂ ਗਿਆਨਤਾ ਦਾ ਆਦਾਨ ਪ੍ਰਦਾਨ ਕਰਨ ਲੱਗ ਪਏ ਹਾਂ ਜਦੋਂ ਕਿ ਸਾਡੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਕੋਈ ਸਾਡੇ ਦਿਲ ਦੀ ਗੱਲ ਸੁਣੇ ਕੋਈ ਆਪਣੇ ਦਿਲ ਦੀ ਗੱਲ ਸੁਣਾਵੇ ਕੋਈ ਸਾਨੂੰ ਕਵਿਤਾ ਵਾਂਗ ਮਿਲੇ ਕੋਈ ਕਵਿਤਾ ਵਾਂਗ ਸਾਡੇ ਦਿਲ 'ਚ ਆ ਵਸੇ ਅਜੋਕੇ ਯੁੱਗ ਵਿੱਚ ਮਹਾਨ ਕਵਿਤਾ ਪੈਦਾ ਨਾ ਹੋਣ ਦਾ ਕਾਰਨ ਇਹ ਹੈ ਕਿ ਸਾਡਾ ਅਨੁਭਵ ਪਿਤਲਾ ਹੋ ਗਿਆ ਹੈ ਅਸੀਂ ਚੌੜੀਆਂ ਸੜਕਾਂ ਜ਼ਰੂਰ ਬਣਾ ਲਈਆਂ ਹਨ ਪਰ ਉਹਨਾਂ ਉੱਤੇ ਟੁਰਨ ਵਾਲੇ ਦੇਵਪੁਰਸ਼ ਕਿੱਥੋਂ ਲਿਆਵਾਂਗੇ ਕਵੀ ਉਹ ਵਿਅਕਤੀ ਹੁੰਦਾ ਹੈ ਜਿਦੇ ਪੈਰ ਧਰਤੀ ਤੇ ਹੋਣ ਜਿਦਾ ਸਿਰ ਤਾਰਿਆਂ 'ਚ ਹੋਵੇ ਜਿਹੜਾ ਚੰ드ਰਮਾ ਵਾਂਗ ਇਕੱਲਾ ਵਿਚਰ ਸਕੇ ਸੂਰਜ ਵਾਂਗ ਮਗ ਸਕੇ ਸਮੁੰਦਰ ਵਾਂਗ ਧੜਕ ਸਕੇ ਜੰਗਲ ਦੀ ਆਗ ਵਾਂਗ ਆਪਣਾ ਰਾਹ ਆਪ ਬਣਾ ਸਕੇ ਕਵੀ ਜਿਸ ਚੀਜ਼ ਦੀ ਕਲਪਨਾ ਕਰਦੇ ਹਨ ਫਿਲਾਸਫਰ ਤੇ ਵਿਗਿਆਨੀ ਉਹਨੂੰ ਸੱਚ ਕਰ ਵਿਖਾਉਂਦੇ ਹਨ ਧੰਨਵਾਦ